पिछले दिनों तो शिमला मिर्च दे घट भा दा रौला पा रहे किसानां दी आखिर किते भी सुनवाई नहीं हुई। अके किसानां ने हुण शिमला मिर्च दी फसल नूं खेतां विच ही वाहुणा शुरू कर दिता है। जी हाँ, तस्वीरां विच दिख रही यह हालत सब्जी की खेती लिए मशहूर मानसा दे पिंड भैणी वागा दी है। इस बार मंडियां विच शिमला मिर्च 1-2 रुपए प्रति किलो दे हिसाब नाल विकी। खर्चे भी पूरे ना होण कारण किसान खेतां विच ही खड़ी शिमला मिर्च दी फसल वाहुण लई मजबूर ने। जिहड़ी साडे पिंड दे विच जां आसे पासे दे पिंडां दे विच गल करिए, शिमला मिर्च दी बहुत वड्डी पद्धर ते खेती हुई सी। ਇਹ ਕੋਈ ਇਸ ਵਾਰ ਨਹੀਂ, ਪਿਛਲੇ 20-25 ਸਾਲਾਂ ਤੋਂ ਸਾਡੇ ਪਿੰਡ ਦੇ ਵਿੱਚ ਇਸੇ ਤਰ੍ਹਾਂ ਸ਼ਿਮਲਾ ਮਿਰਚ ਦੀ ਖੇਤੀ ਆਉਂਦੀ ਹੁੰਦੀ ਹੈ। ਪਰ ਇਸ ਵਾਰ ਜਿਹੜੀ ਨੌਬਤ ਹੈ ਇੱਥੇ ਤੱਕ ਆ ਗਈ ਕਿ ਅੱਜ ਤੱਕ ਇੱਥੇ ਲੋਕਡਾਊਨ ਵੀ ਆਇਆ, ਉਦੋਂ ਵੀ ਕਿਸਾਨਾਂ ਨੂੰ ਵੱਡੀ ਮਾਰ ਪਈ। ਕਿਉਂਕਿ ਚਲੋ, ਪਰ ਲੋਕਡਾਊਨ 'ਚ ਜੇ ਮਾਰ ਪਈ ਸੀ ਉਦੋਂ ਵਿਕਦੀ ਸੀ ਮਿਰਚ, ਵਿਕੀ, ਚਾਹੇ 1.5 ਰੁਪਏ ਕਿਲੋ ਵਿਕੀ ਪਰ ਵਿਕੀ। ਇਸ ਵਾਰ ਨੌਬਤ ਇਹ ਹੈ ਕਿ ਜੇ ਤੁਸੀਂ ਬੂਝੇ ਦੇਖੋਗੇ ਭਰੇ ਪਏ ਨੇ, ਕੋਈ ਵਿਕੀ ਨਹੀਂ ਰਹੀ, ਕੋਈ ਵਪਾਰੀ, ਕੋਈ ਨਾ ਕੋਈ ਕੋਈ ਮੰਡੀ ਉਸ ਵਾਲਾ। ਇਹ ਮਤਲਬ ਕਿ ਅਸੀਂ ਆਪਦਾ ਪ੍ਰਦਰਸ਼ਨ ਸੀ ਜਿਹੜਾ ਸੜਕਾਂ 'ਤੇ ਸਿੱਟ ਕੇ ਵੀ ਦੇਖ ਲਈ, ਸਰਕਾਰ ਦੇ ਮੀਡੀਆ ਥਰੂ ਵੀ ਧਿਆਨ 'ਚ ਗੱਲ ਲਿਆਉਣ ਦੀ ਕੋਸ਼ਿਸ਼ ਕਰੀ, ਹਰ ਪੱਖੋਂ ਜਿੱਥੋਂ ਤੱਕ ਅਸੀਂ ਹੋ ਸਕਦਾ ਸੀ ਉਨਾ ਕੁ ਬਾਹਰ ਲਾਇਆ। ਪਰ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਕੋਈ ਅਫਸਰ, ਕੋਈ ਮਤਲਬ ਕਿ ਕਿਸੇ ਵੀ ਉਸ ਦਾ ਕਰਮਚਾਰੀ ਨਹੀਂ ਆਇਆ। ਜਿਵੇਂ ਕਹਿੰਦੇ ਹੁੰਦੇ ਕਿ ਜੇ ਕੋਈ ਬੰਦਾ ਦੁਖੀ ਹੋਵੇ ਨਾਲ ਦਾ ਭਰਾ ਆ ਕੇ ਮੋਢੇ 'ਤੇ ਹੱਥ ਰੱਖਦੇ, ਉਹਦਾ ਦੁੱਖ ਅੱਧਾ ਹੋ ਜਾਂਦਾ, ਹੌਲਾ ਹੋ ਜਾਂਦਾ। ਇਹੋ ਜਿਹਾ ਕੋਈ ਕਰਮਚਾਰੀ ਜਾਂ ਕੋਈ ਅਫਸਰ ਨਹੀਂ ਆਇਆ ਜਿਹੜਾ ਸਾਡੇ ਹਾਂ ਕਿ ਚਲੋ ਮੋਢੇ 'ਤੇ ਹੱਥ ਰੱਖਣੀ ਆ ਗਿਆ ਵੀ ਕੋਈ ਗੱਲ ਨਹੀਂ, ਇਸ ਵਾਰ ਜੇ ਮੰਦਾ ਰਹਿ ਗਿਆ, ਜ਼ਿਆਦਾ ਮੰਦਾ ਰਹਿ ਗਿਆ ਤਾਂ ਕੋਈ ਨਾ ਗਾਹਾਂ ਨੂੰ ਜਾਂ ਤੁਹਾਨੂੰ ਕੋਈ ਮੁਆਵਜ਼ੇ ਦਾ ਐਲਾਨ ਕਰਦੇ ਹਾਂ, ਜਾਂ ਕੋਈ ਕਾਸੇ 'ਤੇ ਸਾਨੂੰ ਸਬਸਿਡੀ ਮਿਲਦੀ ਹੋਵੇ, ਨਾ ਸਾਨੂੰ ਇਹਦੇ ਕਾਸੇ ਚੀਜ਼ 'ਤੇ ਸਬਸਿਡੀ ਮਿਲਦੀ ਹੈ। ਅਤੇ ਬਹੁਤ ਮਹਿੰਗਾ ਬੀਜ ਹੈ, ਮਹਿੰਗੇ ਬੀਜ ਤੋਂ ਇਲਾਵਾ ਇਹ 'ਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ। ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਵੀ ਜਿਹੜਾ ਅੱਜ ਸਾਡਾ ਹਾਲ ਇਹ ਹੈ ਕਿ ਅਸੀਂ ਕੁਛ ਚਿਰ ਤਾਂ ਡੀਕਿਆ ਕਿ ਚਲੋ ਗੱਲ ਹੁੰਦੀ ਹੈ, ਸਰਕਾਰਾਂ ਨਵੀਆਂ ਨੇ, ਹੋ ਸਕਦਾ ਕੋਈ ਨਾ ਕੋਈ ਹੱਲ ਨਿਕਲ ਆਵੇ ਜਾਂ ਸਾਡੇ ਵੱਲ ਧਿਆਨ ਦੇਵੇ। ਪਰ ਅਸੀਂ ਹਰ ਪੱਖੋਂ ਜਦੋਂ ਆਪਦਾ ਕਰਕੇ ਦੇਖਿਆ ਜਾਂ ਜਿੰਨਾ ਸਾਡਾ ਪ੍ਰੋਟੈਸਟ ਬਣਦਾ ਸੀ, ਕੁਛ ਨਹੀਂ ਨਿਕਲਿਆ। ਹਾਰ ਕੇ ਅੱਜ ਇੱਥੇ ਤੱਕ ਮਜਬੂਰ ਆ ਕਿ ਆਪਦੀ ਜਿਹੜੀ ਮਿਰਚ ਆਪਦੇ ਹੱਥੀਂ ਉਗਾਈ ਬਿਨਾਂ ਤੋੜੀ। ਤੁਸੀਂ ਬੂਝੇ ਵੀ ਦੇਖ ਲਓ, ਫਲ ਨਾਲ ਵੀ ਭਰੇ ਪਏ ਨੇ, ਪਰ ਜਿਹੜਾ ਹੈ ਕਿ ਉਹ ਆਪਣਾ ਵਾਹੁਣ ਲਈ ਅੱਜ ਮਜਬੂਰ ਹੋਏ ਪਏ, ਅੱਜ ਵਾਹ ਰਹੇ ਹਾਂ। ਉੱਧਰ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਸਬਜ਼ੀਆਂ ਦੇ ਵਾਜਿਬ ਭਾਅ ਨਹੀਂ ਮਿਲ ਰਹੇ, ਜਿਸ ਕਾਰਨ ਸਬਜ਼ੀਆਂ ਬੀਜਣ ਵਾਲੇ ਕਿਸਾਨ ਘਾਟੇ ਵਿੱਚ ਜਾ ਰਹੇ ਹਨ। ਉਹਨਾਂ ਨੇ ਸਰਕਾਰ ਤੋਂ ਕਿਸਾਨਾਂ ਨੂੰ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਅੱਜ ਅਸੀਂ ਸ਼ਿਮਲਾ ਮਿਰਚ ਹੈ ਜਿਹੜੀ, ਪਹਿਲਾਂ ਰੇਟ ਨਹੀਂ ਮਿਲਿਆ ਪੂਰਾ, ਅਤੇ ਜਿਸ ਕਾਰਨ ਅੱਜ ਸਾਨੂੰ ਵਾਹੁਣੀ ਪਏਗੀ, ਕਿਉਂਕਿ ਐਡੀ ਵੱਡੀ ਐਡੀ ਮਿਰਚ ਹੈ ਜਿਹੜੀ ਲੱਗੀ ਪਈ ਆ, ਉਹ ਵਪਾਰੀ ਕੋਈ ਚੱਕ ਨਹੀਂ ਰਿਹਾ, ਪੂਰਾ ਰੇਟ ਨਹੀਂ ਮਿਲ ਰਿਹਾ। ਦੁਖੀ ਹੋ ਕੇ ਅੱਜ ਅਸੀਂ ਟਰੈਕਟਰ ਦੇ ਨਾਲ, ਤਵੀਆਂ ਦੇ ਨਾਲ ਵਾਹ ਰਹੇ ਹਾਂ, ਕਿਉਂਕਿ ਕੋਈ ਵੀ ਪੁੱਛਣ ਵਾਲਾ ਨਹੀਂ। ਜਿਹੜਾ ਖਰਚਾ ਸਾਰਾ ਉਹ ਪੱਲੇ ਪਿਆ, ਕਿਸਾਨ ਦੇ ਸਿਰ ਪਿਆ ਹੈਗਾ, ਕਿਸੇ ਵੀ ਸਰਕਾਰ ਨੇ, ਕਿਸੇ ਵੀ ਅਧਿਕਾਰੀ ਨੇ ਸਾਡੀ ਬਾਤ ਨਹੀਂ ਪੁੱਛਿਆ। ਕੀ ਮੰਗ ਕਰਦੇ ਸਰਕਾਰ ਤੋਂ? ਇਹੀ ਮੰਗ ਕਰਦਾ ਕਿ ਵੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ, ਬੀਜ 'ਤੇ ਜਾਂ ਹੋਰ ਹੈ ਉਹਦੇ ਉੱਤੇ ਘੱਟੋ ਘੱਟ ਮੁਆਵਜ਼ਾ ਦਾ ਦਿੱਤਾ ਜਾਵੇ। ਸਰਕਾਰ ਜਾਂ ਬਾਗਬਾਨੀ ਵਿਭਾਗ ਜਾਂ ਖੇਤੀਬਾੜੀ ਵਿਭਾਗ ਅਜੇ ਤੱਕ ਮੂੰਹ ਨਹੀਂ ਖੋਲ੍ਹਿਆ ਵੀ ਕਿਸਾਨ ਹੈ ਜਿਹੜੇ ਸਬਜ਼ੀ ਕਾਸ਼ਤਕਾਰ ਹੈ ਉਹ ਕਿੰਨੇ ਪਰੇਸ਼ਾਨ ਹੈ। ਸੜਕਾਂ 'ਤੇ ਸੁੱਟੀ ਰਾਹਾਂ ਸੁੱਟੀ ਮਿਰਚ, ਅੱਜ ਅਸੀਂ ਆਹ ਦੇਖ ਲਓ ਕਿੱਡੀ ਕਿੱਡੀ ਮਿਰਚ ਪਈ ਹੈ, ਬਾਹਰ ਰਹੇ ਹਾਂ ਟਰੈਕਟਰ ਦੇ ਨਾਲ, ਕਿਉਂਕਿ ਚਾਰਾ ਨਹੀਂ ਹੋਰ ਸਿੱਕੜ ਹਰੀ ਖਾਦ ਤਾਂ ਬਣ ਜੂ ਘੱਟੋ ਘੱਟ, ਇਹ ਤਾਂ ਹੋ ਜੂ। ਦੁਖੀ ਮਨ ਦੇ ਨਾਲ ਅੱਜ ਸਾਨੂੰ ਜਿਹੜੀ ਫਸਲ ਆਪਦੀ ਵਾਹੁਣੀ ਪੈ ਰਹੀ ਹੈ। ਪਿੰਡ ਦੇ ਹਿਸਾਬ ਨਾਲ ਮਾਲਵੇ ਵਿੱਚ ਸ਼ਿਮਲਾ ਮਿਰਚ ਦੀ ਸਭ ਤੋਂ ਵੱਧ ਪੈਦਾਵਾਰ ਕਰਨ ਵਾਲਾ ਮਾਨਸਾ ਜ਼ਿਲ੍ਹੇ ਦਾ ਭੈਣੀ ਬਾਗਾ ਪਿੰਡ ਹੈ। ਘੱਟ ਪਾ ਕਾਰਨ ਪਹਿਲਾਂ ਕਿਸਾਨਾਂ ਨੇ ਸੜਕਾਂ ਉੱਤੇ ਸ਼ਿਮਲਾ ਮਿਰਚ ਸੁੱਟੀ ਸੀ, ਪਰ ਕਿਸੇ ਨੇ ਨਾ ਸੁਣੀ ਤਾਂ ਅੱਕੇ ਪਿੰਡ ਦੇ ਕਿਸਾਨ ਕਹਿਣ ਲੱਗੇ ਹਨ ਕਿ 1-2-3 ਅੱਜ ਤੋਂ ਖੇਤ ਵਿੱਚ ਸਬਜ਼ੀ ਨਹੀਂ ਲਾਉਣੀ।
किसानों का कहना है कि सरकार बनदे ही 50 मिंटां विच MSP देने का वादा करने वाली सरकार हुण सब्जियां दी MSP उत्ते चुप है।